हेलो फ्रेंड्स, सत ਸਤਿ ਸ਼੍ਰੀ ਅਕਾਲ। ਅਕਾਲ। ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਸੋ ਇੱਕ ਵਾਰ ਫਿਰ ਅਸੀਂ ਆ ਗਏ ਹਾਂ ਵਾਪਸ, ਵੀ ਆਰ ਬੈਕ ਵਾਂਸ ਅਗੇਨ। ਕਿਉਂਕਿ ਰਾਤ ਦੇ ਹੋਏ ਆ 11:15, ਸਿੱਧੂ ਮੂਸੇਵਾਲੇ ਦਾ ਜਿਹੜਾ ਸੌਂਗ ਆ ਉਹ ਪ੍ਰੀਮੀਅਰ ਦੇ ਵਿੱਚ ਜਿਹੜਾ ਆ ਲਾਂਚ ਹੋਣ ਜਾ ਰਿਹਾ ਆ, ਤੇ 1 ਮਿੰਟ ਰਹਿ ਗਿਆ ਆ ਸੌਂਗ ਲਾਂਚ ਹੋਣ ਦੇ ਵਿੱਚ, ਤੇ ਸੋ ਆਪਾਂ ਨਾਲ ਹੀ ਜਿਹੜਾ ਆ ਉਹ ਸੁਣਾਂਗੇ ਤੇ ਨਾਲ ਹੀ ਇਹਦਾ ਜਿਹੜਾ ਆ ਉਹ ਰਿਐਕਸ਼ਨ ਕਰਾਂਗੇ। ਸੋ ਸਟੇ ਟਿਊਨਡ, ਤੇ 1 ਮਿੰਟ ਦਾ ਵੇਟ ਰਹਿ ਗਿਆ ਆ। 40 ਸੈਕਿੰਡ, ਹਾਂ ਉੱਥੇ 33 ਸੈਕਿੰਡ। 10, 9, 8, 7, 6, 5, 4, 3, 1. ओके जी, सिद्धू मूसे वाला। वाह जी, तेजी संधू। ओ पत्ते दे विच जान नहीं है कि पैम पाल दे फिरदे आ। ओह पुराना ही है ना। म्यूजिक सारा मतलब उस टाइम का म्यूजिक है ना, ढोलकी। वाह ਸਿੱਧੂ ਦੀ ਕੈਸਟ। ਵਾਹ कैसेट लाने लगा तो होर के होगा ना फैन, तो उन्हें फड़ के कैसेट उसकी रील जी खराब करती थी, उन्हें फड़ के मोची लाती उसकी। वाह सुपने चपेड़ा जन्ने रोटियां मेंटली हालात के ना चलो हारमोनियम ढोलकी दे नाल है ना। हाँ मिठिए मैं चंदड़ों हटा
नचला दे ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਤੇ ਕੋਈ ਮਤਲਬ ਕੋਈ ਰੇਸ ਨਹੀਂ ਹੈਗੀ ਏ ਕਿ ਸਭ ਤੋਂ ਪਹਿਲਾਂ ਜਾਂ ਬਾਅਦ ਚੋਂ ਜਸਟ ਸੀਗਾ ਕਿ ਯਾਰ ਅਸੀਂ ਜਸਟ ਕਿ ਆਪਾਂ ਹਨਾ ਪਤਾ ਸੀਗਾ ਸਾਨੂੰ ਕਿ ਲਾਈਵ ਆ ਕੇ ਪਤਾ ਸੀਗਾ ਕਿ ਆਉਣਾ ਹੈ ਹਨਾ ਇੰਨੇ ਵਜੇ ਸਾਨੂੰ ਪਤਾ ਚੱਲ ਗਿਆ ਸੀਗਾ ਟਾਈਮ ਤੇ ਅਸੀਂ ਜਾਗਦੇ ਵੈਸੇ ਸਾਡਾ ਲੇਟ ਹੁੰਦਾ ਹਨਾ ਬਾਅਦ ਨਾਲ ਸਾਨੂੰ ਤੇ ਪਹਿਲਾਂ ਤੇ ਆਇਆ ਕਿ ਹੁਣ ਅਪਲੋਡ ਤੇ ਡਿਪੈਂਡ ਕਰਦਾ ਕਿ ਕਦੋਂ ਅਪਲੋਡ ਹੁੰਦੀ ਹੈ ਅਗਰ ਅਪਲੋਡ ਨਾ ਹੋਇਆ ਤਾਂ ਆਪਾਂ ਰਿਵਿਊ ਪਾ ਦਾਂਗੇ ਅਗਰ ਅਪਲੋਡ ਹੋ ਗਿਆ ਤਾਂ ਫਿਰ ਪੂਰੀ ਵੀਡੀਓ ਆ ਜੇ ਪੂਰੀ ਵੀਡੀਓ ਆ ਜੇਗੀ ਅਗਰ ਰਿਵਿਊ ਪਿਆ ਤੇ ਇਹ ਫਿਰ ਆਪਣਾ ਸਾਡੇ ਵੀਡੀਓ ਦਾ ਸਟਾਰਟਿੰਗ ਤੇ ਐਂਡ ਵਾਲਾ ਜਿਹੜਾ ਆ ਉਹ ਸੀਨ ਪਊਗਾ ਤੇ ਉਸ ਤੋਂ ਬਾਅਦ ਜਿਹੜਾ ਆ ਜਦੋਂ ਵੀ ਮਤਲਬ ਅਪਲੋਡ ਹੋਣਾ ਹੈ ਜਦੋਂ ਬਲੋਕੇਜ ਹਟ ਗਈ ਤੇ ਉਦੋਂ ਜਿਹੜਾ ਆ ਇਹ ਆ ਜਾਊਗਾ ਬਾਕੀ ਜੇ ਕਰੀਏ ਸੌਂਗ ਦੀ ਗੱਲ ਯਾਰ ਉਹ ਟਾਈਮ ਚੇਤਾ ਜਿਹੜਾ ਆ ਉਹ ਕਰਾਤਾ ਆ ਜਦੋਂ ਅਸੀਂ ਨਿੱਕੇ ਹੁੰਦੇ ਸੀਗੇ ਹਨਾ ਏਦਾਂ ਹੀ ਮਤਲਬ ਦੇਖੋ ਜਿਹੜੀ ਆਊਟਫਿਟ ਵੀ ਪਾਈ ਸੀਗੀ ਉਹਨੇ ਵੀ ਲੜਕੀ ਨੇ ਵੀ ਜਿਹੜੀ ਸਿੱਧੂ ਨੇ ਵੀ ਉਹ ਵੀ ਉਸ ਟਾਈਮ ਦੀ ਸੀਗੀ ਉਸ ਟਾਈਮ ਦੀ ਸੀਗੀ ਉਹਨੇ ਸੂਟ ਜਿਹੜਾ ਪ੍ਰੈਜ਼ੈਂਟਾ ਜਿਹਾ ਸੂਟ ਉਹ ਲੋਕਾਂ ਨੇ ਵੀ ਮਤਲਬ ਆਮ ਜਿਹੜੇ ਲੋਕ ਬਿਠਾਏ ਆ ਨਾ ਉਸ ਜਗ੍ਹਾ ਦੇ ਉੱਤੇ ਜਿਹੜੇ ਵੇਖਣ ਆਏ ਆ ਉਹਨੂੰ ਹਨਾ ਉਹਨਾਂ ਨੇ ਵੀ ਸਾਰੀ ਆਊਟਫਿਟ ਜਿਹੜੀ ਆ ਉਹਨਾਂ ਦੀ ਵੀ ਉਸੇ ਤਰੀਕੇ ਦੀ ਸੀ ਜਿਹੜਾ ਪਿੰਡ ਦਾ ਜਿਹੜਾ ਸੀਨ ਲਿਆ ਉਹ ਵੀ ਉਹਨਾਂ ਦੇ ਬਾਕੀਆਂ ਦਾ ਹੀ ਉਸੇ ਟਾਈਮ ਦਾ ਹੀ ਬਿਲਕੁਲ ਹਾਂ ਇਹ ਸੋ ਮਤਲਬ ਜਿਹੜਾ ਮੇਨ ਮੁੱਦਾ ਆ ਜਿਹੜਾ ਮੇਨ ਮੁੱਦਾ ਉਹ ਹੈਗਾ ਆ ਸੌਂਗ ਦਾ ਸੌਂਗ ਦੇ ਲਿਰਿਕਸ ਜਿਹੜੇ ਆ ਮਤਲਬ ਸਿੱਧਾ ਸਿੱਧਾ ਜਿਹੜਾ ਸੌਂਗਸ ਦੇ ਵਿੱਚ ਆ ਜੇ ਲਿਰਿਕਸ ਦੀ ਗੱਲ ਕਰੀਏ ਲਿਰਿਕਸ ਬਹੁਤ ਵਧੀਆ ਆ ਔਰ ਆਪਣੇ ਤਰੀਕੇ ਨਾਲ ਹਰ ਜਿਹੜਾ ਆ ਸਿੰਗਰ ਆ ਉਹ ਆਪਣੇ ਆਪ ਨੂੰ ਮਤਲਬ ਸ਼ੋਅ ਕਰਦਾ ਆ ਆਪਣੇ ਦਿਲ ਦੀਆਂ ਜਿਹੜੇ ਗੱਲਾਂ ਹੁੰਦੀਆਂ ਹਨਾ ਆਪਣੇ ਦਿਲ ਦੇ ਜਿਹੜੇ ਵਿਚਾਰ ਹੁੰਦੇ ਆ ਉਹ ਰੱਖਦਾ ਆ ਬਾਕੀ ਇਹੋ ਜਿਹੇ ਸੌਂਗਸ ਨੂੰ ਆਪਾਂ ਨੂੰ ਐਂਟਰਟੇਨਮੈਂਟ ਤੱਕ ਹੀ ਜਿਹੜਾ ਆ ਉਹ ਸੀਮਤ ਰੱਖਣਾ ਚਾਹੀਦਾ ਕਦੀ ਵੀ ਆਪਾਂ ਸਾਨੂੰ ਮਤਲਬ ਕਿਸੇ ਨਾਲ ਕੰਪੇਅਰ ਨਹੀਂ ਕਿਉਂਕਿ ਕਿਸੇ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ ਹਨਾ ਹਰ ਇੱਕ ਦੀ ਆਪਣੀ ਕੁਆਲਿਟੀ ਹੈ ਸਿੰਗਰ ਦੀ ਗੱਲ ਕਰੀਏ ਹਨਾ ਬੱਬੂ ਮਾਨ ਜੀ ਦੀ ਗੱਲ ਕਰੀਏ ਹੋਰ ਕੀ ਸਿੰਗਰ ਦਾ ਨਾ ਮਤਲਬ ਰਣਜੀਤ ਬਾਬਾ ਆ ਫਿਰ ਉਸ ਤੋਂ ਬਾਅਦ ਬੜੇ ਬੜੇ ਤਕੜੇ ਸਿੰਘ ਦੇ ਗਾਣੇ ਬੜੇ ਬੜੇ ਸੋਹਣੇ ਆਉਂਦੇ ਆ ਹਨਾ ਤੇ ਮਤਲਬ ਆਪਾਂ ਜੇ ਇੱਕ ਇੱਕ ਤੁਸੀਂ ਇੰਗਲਿਸ਼ ਦਾ ਵਰਡ ਸੁਣਿਆ ਹੋਣਾ ਐਪਲ ਟੂ ਐਪਲ ਕੰਪੇਅਰ ਆਪਾਂ ਕਰ ਸਕਦੇ ਹਾਂ ਹਨਾ ਪਰ ਇਹਨੀ ਚੀਜ਼ ਯਾਦ ਰੱਖਿਓ ਹਰ ਐਪਲ ਵੀ ਦੂਸਰੇ ਐਪਲ ਵਰਗਾ ਨਹੀਂ ਹੋਊਗਾ ਹਨਾ ਤੇ ਇਸ ਕਰਕੇ ਜਿਹੜੇ ਆਪਾਂ ਮਤਲਬ ਆਪਾਂ ਇਨਸਾਨਾਂ ਨੂੰ ਕਿੱਦਾਂ ਜਿਹੜਾ ਉਹ ਕੰਪੇਅਰ ਕਰ ਸਕਦੇ ਹਾਂ ਹਰ ਇੱਕ ਦੇ ਆਪਣੀ ਗੱਲ ਹੈ ਜਿੱਦਾਂ ਮਤਲਬ ਜੇ ਮੈਨੂੰ ਲੱਗਾ ਕਿ ਹਾਂ ਕਿ ਮੇਰੇ ਆਹ ਵਿਚਾਰ ਆ ਮੈਂ ਆਪਣੇ ਦੇ ਉੱਤੇ ਦੂਸਰੇ ਨੂੰ ਲੱਗਾ ਦੂਸਰੇ ਨੇ ਦੇ ਉੱਤੇ ਵਿਚਾਰ ਬਾਕੀ ਜੇ ਆਪਾਂ ਕਲਾ ਦੀ ਕਿਉਂਕਿ ਇਹ ਜਿਹੜਾ ਪਲੇਟਫਾਰਮ ਆ ਅਸੀਂ ਬਣਾਇਆ ਅਸੀਂ ਸਿਰਫ ਕਲਾ ਨੂੰ ਵੇਖਦੇ ਹਾਂ ਅਸੀਂ ਉਹਦੀ ਲਿਖਣੀ ਨੂੰ ਵੇਖਦੇ ਹਾਂ ਕਿ ਉਹਦੀ ਲਿਖਤ ਕੀ ਆ ਐਂਟਰਟੇਨਮੈਂਟ ਆ ਮੇਨ ਜਿਹੜਾ ਮਕਸਦ ਉਹ ਜਿਹੜਾ ਉਹ ਤਰੀਕਾ ਆ ਹਨਾ ਕਿਸੇ ਵੀ ਸਿੰਗਰ ਦਾ ਗਾਉਣ ਦਾ ਕਿੱਦਾਂ ਪ੍ਰੈਜੈਂਟ ਕੀਤਾ ਗਿਆ ਆਪਣੇ ਮਨ ਦੀ ਉਹਨੂੰ ਆਪਣੇ ਆਪ ਨੂੰ ਉਹਦੀ ਜਗ੍ਹਾ ਤੇ ਖੜਾ ਕਰਕੇ ਵੇਖ ਲਓ ਆਪਣੇ ਆਪ ਨੂੰ ਉਹਦੀ ਜਗ੍ਹਾ ਤੇ ਖੜਾ ਕਰੋ ਤੇ ਸੋਚੋ ਕਿ ਜਿਹੜੇ ਤੁਹਾਨੂੰ ਲੱਗਦੇ ਤੁਹਾਡੇ ਕੰਪੀਟੀਟਰ ਆ ਕੰਪੀਟੀਟਰ ਹਰ ਬੰਦਾ ਇਨਸਾਨ ਆ ਇੱਕ ਦੂਸਰੇ ਦਾ ਕੰਪੀਟੀਟਰ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਕੰਪੀਟੀਟਰ ਆ ਤੁਸੀਂ ਉਹਦੇ ਬਾਰੇ ਵੀ ਇਮੇਜਿਨ ਕਰ ਸਕਦੇ ਹੋ ਇਸੇ ਤਰੀਕੇ ਨਾਲ ਹਰ ਇੱਕ ਨੂੰ ਜਿਹੜੀ ਖੋਲਿਆ ਆਪਣੇ ਬਾਰੇ ਗੱਲ ਕਰਨ ਦੀ ਔਰ ਆਪਣੇ ਕੰਪੀਟੀਸ਼ਨ ਬਾਰੇ ਗੱਲ ਕਰਨ ਦੀ ਸੋ ਇਸ ਚੀਜ਼ ਨੂੰ ਜਿਹੜਾ ਪੋਜ਼ਿਟਿਵਲੀ ਲਓ ਤੇ ਸੌਂਗ ਬਹੁਤ ਵਧੀਆ ਮਿਊਜ਼ਿਕ ਬਾਕਮਾਲ 10 ਚੋਂ 10 ਨੰਬਰ ਜਿਹੜੇ ਆ ਉਹ ਮੈਂ ਦਊਂਗਾ ਵੀਡੀਓ ਬਹੁਤ ਸ਼ਾਨਦਾਰ ਹੈ ਟੀਵੀ ਜਿਹੜਾ ਲਿਆ ਸੀ ਔਰ ਜਿਨ੍ਹਾਂ ਨੇ ਟੀਜ਼ਰ ਨਹੀਂ ਨਾ ਦੇਖਿਆ ਜਿਨ੍ਹਾਂ ਨੇ ਟੀਜ਼ਰ ਨਹੀਂ ਦੇਖਿਆ ਉਹ ਗਾਣਾ ਦੇਖ ਲੈਣਗੇ ਉਹਨਾਂ ਨੂੰ ਪ੍ਰੋਪਰ ਸਮਝ ਨਹੀਂ ਆਊਗਾ ਜਿਨ੍ਹਾਂ ਟੀਜ਼ਰ ਦੇਖਿਆ ਨਾ ਮੈਂ ਵੀ ਸੋਚਦੀ ਸੀ ਕਿ ਟੀਜ਼ਰ ਵਾਲਾ ਵੀ ਵਿੱਚ ਲਿਆ ਟੀਜ਼ਰ ਵਾਲਾ ਵੀ ਟਾਣਗੇ ਪਰ ਨਹੀਂ ਇਹ ਅਲੱਗ ਮੀਨਜ਼ ਸ਼ੁਰੂ ਉੱਥੋਂ ਹੁੰਦਾ ਤੇ ਐਂਡ ਇੱਥੇ ਹੁੰਦਾ ਐਂਡ ਇੱਥੇ ਜਾ ਕੇ ਹੁੰਦਾ ਸੋ ਫਰੈਂਡਸ ਇਹ ਸੀ ਕਿ ਅੱਜ ਦੀ ਵੀਡੀਓ ਅਗਰ ਵੀਡੀਓ ਪਸੰਦ ਆਂਦੀ ਤਾਂ ਲਾਈਕ ਜ਼ਰੂਰ ਕਰ ਦਿਓ ਅਗਰ ਤੁਸੀਂ ਸਾਡੇ ਚੈਨਲ ਤੇ ਨਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ